ਵੈਂਕੂਵਰ ਕਰਾਂ ਦੇ ਵਿਕਰੀ ਨੂੰ ਲੈ ਕੇ ਰਿਪੋਰਟ ਸਾਹਮਣੇ ਆਈ ਜਿਸ ਮੁਤਾਬਕ ਕਰਾਂ ਦੇ ਵਿਕਰੀ ਸਾਲ ਪਹਿਲਾਂ ਨਾਲੋਂ 52% ਦੀ ਘਟੀ ਹੈ BC ਰੀਅਲ اسٹیਟ ਬੋਰਡ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ BC ਬੋਰਡ ਦਾ ਇਹ ਕਹਿਣਾ ਹੈ ਕਿ ਪਿਛਲੇ ਮਹੀਨੇ ਦੀ ਵਿਕਰੀ ਕੁੱਲ 1295 ਰਹੀ ਹੈ ਜੋ ਕਿ ਨਵੰਬਰ ਦੇ ਮੁਕਾਬਲੇ 20% ਦੀ ਘਟ ਹੈ ਤੇ ਦਸੰਬਰ ਤੇ 10 ਸਾਲ ਦੀ ਵਿਕਰੀ ਉਸ ਤੋਂ 38% ਦੀ ਹੈ ਇਸ ਦਾ ਕਾਫੀ ਜ਼ਿਆਦਾ ਜਿਹੜਾ ਜੋਰ ਤੋਰ ਲਗਾ ਕੇ ਦੇਖਿਆ ਜਾ ਰਿਹਾ ਤੇ ਨਾਲ ਦੀ ਨਾਲ ਕਿਹਾ ਜਾ ਰਿਹਾ ਕਿ ਵਧੀਆਂ ਵਿਆਜ ਦਰਾਂ ਵੀ ਇਸ ਤੇ ਅਸਰ ਪਾ ਰਹੀਆਂ ਨੇ ਬੈਂਕ ਆਫ ਕੈਨੇਡਾ ਵੱਲੋਂ ਲਗਾਤਾਰ ਵਧਾ ਇੰਟਰਸਟ ਰੇਟ ਤੋ ਬਾਅਦ ਕਰਾਂਦੀ ਮਾਰਕੀਟ ਹਿੱਟ ਹੋਈ ਹੈ ਸੇਲਜ਼ ਲਗਾਤਾਰ ਕੱਟ ਰਹੀਆਂ ਨੇ ਬੇਸ਼ੱਕ ਇਹ ਆਖਿਆ ਜਾ ਰਿਹਾ ਕਿ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਇਹ ਮੌਕਾ ਹੈ ਪਰ ਮਾਰਗੇਜ ਅਪਰੂਵ ਨਾ ਹੋਣ ਕਾਰਨ ਸੇਲਜ਼ ਵਿੱਚ ਕਮੀ ਜ਼ਰੂਰ ਸਾਹਮਣੇ ਆਈ ਹੈ ਦ ਗ੍ਰੇਟਰ ਵੈਂਕੂਵਰ ਰੀਅਲ ਏਸਟੇਟ ਬੋਰਡ ਅਨੁਸਾਰ ਦਸੰਬਰ ਮਹੀਨੇ ਦੌਰਾਨ ਸੇਲਜ਼ ਵਿੱਚ 52% ਕਮੀ ਆਈ ਹੈ ਤੇ ਸਾਲ ਦੌਰਾਨ 30% ਦੀ ਕਮੀ ਦੇਖੀ ਗਈ ਹੈ ਬੋਰਡ ਅਨੁਸਾਰ ਪਿਛਲੇ ਮਹੀਨੇ ਕੁੱਲ ਸੇਲਜ਼ ਨੰਬਰ 1295 ਰਿਹਾ ਹੈ ਤੇ ਇਹ ਨਵੰਬਰ ਦੇ ਮੁਕਾਬਲੇ 20% ਦੀ ਘਟ ਰਹੀ ਹੈ ਦਸੰਬਰ ਦੇ ਵਿੱਚ ਪਿਛਲੇ 10 ਸਾਲ ਦੀ ਤਾਂ ਸੇਲ 38% ਦੀ ਕਟਈ ਹੈ ਬੋਰਡ ਦਾ ਕਹਿਣਾ ਹੈ ਕਿ ਸੇਲਜ਼ ਵਿੱਚ ਕਮੀ ਦਾ ਰੁਝਾਨ ਸਾਲ 2022 ਦੇ ਅੰਤ ਤੱਕ ਆਉਂਦੀਆਂ ਕਾਫੀ ਵਧ ਰਿਹਾ ਹੈ ਅਤੇ ਸਾਲ 2023 ਦੌਰਾਨ ਵੀ ਵਧੇ ਹੋਏ ਇੰਟਰਸਟ ਰੇਟ ਕਾਰਨ ਬੇਸ਼ਕੀਮਤਾ ਵਿੱਚ ਕਮੀ ਦੇਖੀ ਗਈ ਹੈ ਪਰ ਸੇਲਜ਼ ਦੇ ਅੰਕੜੇ ਉੱਪਰ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ ਜੇਕਰ ਕੀਮਤ ਦੀ ਗੱਲ ਕੀਤੀ ਜਾਏ ਤਾਂ ਦਸੰਬਰ ਦੇ ਵਿੱਚ 3% ਦੀ ਰੇਟ ਹੋਰ ਘਟੇ ਨੇ ਕਾਬਿਲ ਗੌਰ ਹੈ ਕਿ ਰੀਅਲ ਅਸਟੇਟ ਮਾਰਕੀਟ ਪਿਛਲੇ ਸਮੇਂ ਦੌਰਾਨ ਲਗਾਤਾਰ ਵਧਾਈਆਂ ਵਿਆਜ ਦਰਾਂ ਕਾਰਨ ਪ੍ਰਭਾਵਿਤ ਹੋਈ ਹੈ ਕਿਉਂਕਿ ਆਮ ਲੋਕਾਂ ਨੂੰ ਮਾਰਗੇਜ ਅਪਰੂਵ ਕਰਵਾਉਣ ਦੇ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹੀ ਕਾਰਨ ਹੈ ਕਿ ਸੇਲਜ਼ ਦੇ ਵਿੱਚ ਕਮੀ ਕੈਨੇਡਾ ਪਾਰ ਦੇ ਵਿੱਚ ਸਾਹਮਣੇ ਆ ਰਹੀ ਹੈ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।